ਬਈ ਤੂੰ ਫਲਾਨੇ ਬੰਦੇ ਨਾਲ ਗਾਣਾ ਕਿਉਂ ਨਹੀਂ ਕਰਦਾ, ਫਲਾਨੇ ਬੰਦੇ ਦੀ ਬੀਟ ਤੇਰੇ ਨਾਲ ਸੂਟ ਕਰਦੀ, ਤੂੰ ਇਹਨਾਂ ਨਾਲ ਨਹੀਂ ਕਰਦਾ। ਡਾਰਲਿੰਗ ਮੇਰੇ ਲਈ ਰਿਸ਼ਤੇ ਜ਼ਿਆਦਾ ਜ਼ਰੂਰੀ ਨੇ, ਜਿਹੜਾ ਬੰਦਾ ਮੇਰੇ ਨਾਲ ਲੋਇਲ ਹੈ, ਜਿਹੜਾ ਬੰਦਾ ਮੈਨੂੰ ਪਿਆਰ ਕਰਦਾ, ਹੈ ਨਾ, ਮੇਰੀ ਰਿਸਪੈਕਟ ਕਰਦਾ, ਠੀਕ ਹੈ। ਮਿਊਜ਼ਿਕ ਤਾਂ ਆਪਾਂ ਕਦੇ ਵੀ ਕਿਸੇ ਤੋਂ ਕਰਾ ਸਕਦੇ ਹਾਂ, ਪਰ ਮੈਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਦੇ ਭਰਾ ਅਤੇ ਦੋਸਤ ਹੀ ਜੋੜੇ ਆ, ਹੈ ਨਾ, ਜਿਨ੍ਹਾਂ ਨਾਲ ਮੈਂ ਕੰਮ ਕਰਦਾ ਉਹ ਮੇਰੀ ਫੈਮਿਲੀ ਵਾਂਗੂ ਮੇਰੇ ਨਾਲ ਵਰਤਦੇ ਆ, ਹੈ ਨਾ, ਅਤੇ ਉਹਨਾਂ ਦੀ ਮੈਂ ਇੱਜ਼ਤ ਵੀ ਚਾਹੁੰਦਾ, ਉਹਨਾਂ ਦਾ ਮੈਂ ਰਿਗਾਰਡ ਵੀ ਚਾਹੁੰਦਾ, ਠੀਕ ਹੈ। ਕਿੱਡ ਮੇਰੇ ਲਈ ਇੱਕ ਮਿਊਜ਼ਿਕ ਪ੍ਰੋਡਿਊਸਰ ਤੋਂ ਵੱਧ ਕੇ ਮੇਰਾ ਛੋਟਾ ਭਰਾ ਹੈ, ਜੇ ਉਹਨੂੰ ਮੈਂ ਇੱਕ ਟਾਈਮ ਕਹਿ ਦਿਆਂ ਵੀ ਧੁੱਪੇ ਖੜਾ ਤਾਂ ਉਹ ਧੁੱਪੇ ਵੀ ਖੜਾ ਰਹੂ, ਕੁਛ ਵੀ ਕਹਾਂ ਡਾਰਲਿੰਗ ਉਹ ਮੇਰੇ ਲਈ ਕਰਦਾ, ਹੈ ਨਾ, ਅਤੇ ਮੈਨੂੰ ਤਾਂ ਸਿਰਫ ਜਾਣ ਮੇਰੇ ਦੋਸਤ ਮਿੱਤਰ ਚਾਹੀਦੇ ਮੇਰੇ ਲਈ। ਜੇ ਬੰਦੇ ਦਾ ਮਿਊਜ਼ਿਕ ਵਧੀਆ ਡਾਰਲਿੰਗ, ਉਹ ਇਨਸਾਨ ਨਹੀਂ ਚੰਗਾ ਡਾਰਲਿੰਗ, ਮੈਂ ਉਹਨਾਂ ਨਾਲ ਕਦੇ ਕੰਮ ਨਹੀਂ ਕਰੂੰਗਾ। ਅਤੇ ਦੂਜੀ ਗੱਲ ਡਾਰਲਿੰਗ, ਮੇਰੇ ਜ਼ਿੰਦਗੀ ਦੇ ਵਿੱਚੋਂ ਕੋਈ ਬੰਦਾ ਬਾਹਰ ਨਿਕਲ ਗਿਆ, ਹੈ ਨਾ, ਅਤੇ ਮੈਂ ਭਰਾਵਾ ਆਪਾਂ ਇਹੋ ਜਿਹੇ ਬੰਦੇ ਨਹੀਂ ਹੈਗੇ ਵੀ ਆਪਾਂ ਸਿਰਫ ਮਿਊਜ਼ਿਕ ਤਾਂ ਜਾਣ, ਕੋਈ ਦਿੱਕਤ ਨਹੀਂ, ਚਾਹੇ ਐਡ ਦੀ ਐਂਡ ਜਦੋਂ ਤੱਕ ਮੈਂ ਖਤਮ ਨਹੀਂ ਹੋ ਜਾਂਦਾ ਜਾਣ, ਭਾਵੇਂ ਮੈਂ ਉਹੀ ਗੱਲ ਆ ਵੀ ਖਤਮ ਵੀ ਹੋ ਜਾਣ ਡਾਰਲਿੰਗ, ਮੈਂ ਉਸ ਬੰਦੇ ਨਾਲ ਕਦੇ ਮੁੜ ਕੇ ਪੈਰ 'ਤੇ ਪੈਰ ਨਹੀਂ ਧਰਦਾ, ਹੈ ਨਾ, ਜਿੱਥੇ ਮੇਰੀ ਮੱਤ ਨਹੀਂ ਮਿਲਦੀ, ਜਿੱਥੇ ਮੇਰੀ ਮੱਤ ਮਿਲਦੀ ਹੈ, ਮੈਂ ਉਸ ਬੰਦੇ ਨੂੰ ਭਾਵੇਂ ਉਹ ਘੱਟ ਕੰਮ ਵੀ ਕਰਦਾ ਹੋਵੇ, ਕਿਰਦ ਦਾ ਚੱਲ ਹੈਗਾ ਹੀ ਬਹੁਤ ਟੈਲੈਂਟਡ ਹੈ, ਚਾਹੇ ਉਹ ਘੱਟ ਵੀ ਕੰਮ ਕਰਦਾ ਹੋਵੇ, ਮੈਂ ਉਹਨੂੰ ਆਪਦੇ ਤਰੀਕੇ ਨਾਲ ਮੋਲਡ ਕਰੂੰਗਾ, ਚਲਾਊਂਗਾ ਆਪਦੇ ਨਾਲ, ਹੈ ਨਾ, ਆਪਦੇ ਨਾਲ ਖੜਨ ਦੀ ਖੜਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੋਂ ਤੱਕ ਖੜਾ ਹੋ ਸਕਦਾ। ਜੇ ਤੁਸੀਂ ਕਹਿੰਦੇ ਕੁਆਲਿਟੀ ਜਾਣ, ਮੈਨੂੰ ਮੈਟਰ ਹੀ ਨਹੀਂ ਕਰਦੀ ਕੁਆਲਿਟੀ, ਮੇਰੇ ਲਈ ਤਾਂ ਸਭ ਤੋਂ ਜ਼ਿਆਦਾ ਮੈਟਰ ਕਰਦਾ ਬੰਦਾ, ਇਨਸਾਨ, ਠੀਕ ਹੈ ਨਾ। ਇਕੱਲੇ ਮਿਊਜ਼ਿਕ ਨਾਲ ਜ਼ਿੰਦਗੀ ਨਹੀਂ ਲੰਘਦੀ ਜਾਣ, ਮਿਊਜ਼ਿਕ ਲਈ ਰਿਸ਼ਤੇ, ਹੈ ਨਾ, ਚੰਗੇ ਬੰਦੇ, ਚੰਗੇ ਇਨਸਾਨ, ਹੈ ਨਾ, ਲੋਇਲ ਬੰਦੇ ਹੋਣੇ ਬਹੁਤ ਜ਼ਰੂਰੀ ਹੈ। ਸੋ ਮੇਰੇ ਲਈ ਡਾਰਲਿੰਗ ਤੁਹਾਡੇ ਲਈ ਉਹ ਪ੍ਰਿਓਰਿਟੀ ਹੋਊਗੀ ਵੀ ਤੁਸੀਂ ਫਲਾਣੇ ਬੰਦੇ ਦਾ ਮਿਊਜ਼ਿਕ ਲਓ, ਡਾਰਲਿੰਗ ਮੇਰੇ ਲਈ ਉਹ ਪ੍ਰਿਓਰਿਟੀ ਨਹੀਂ ਹੈਗੀ ਅਤੇ ਨਾ ਹੀ ਕਦੇ ਹੋਊਗੀ ਉਹ, ਹੈ ਨਾ। ਅਤੇ ਮੈਨੂੰ ਬੜੇ ਬੰਦੇ ਨੇ ਮੈਸੇਜ ਕੀਤੇ, ਮੈਂ ਦੋ ਚਾਰ ਪੰਜ ਮਹੀਨੇ ਤੋਂ ਮੈਂ ਕਹਿਣਾ ਚਾਹੁੰਦਾ ਸੀ, ਕਿਉਂਕਿ ਮੈਂ ਮੇਰੀ ਉਹ ਕਿਸੇ ਬੰਦੇ ਲਈ ਨੈਗੇਟਿਵਿਟੀ ਨਹੀਂ ਵੀ ਉਹ ਪ੍ਰੋਡਿਊਸਰ ਨਾਲ ਮੇਰੀ ਲੜਾਈ ਝਗੜਾ ਜਾਂ ਮੈਂ ਤਾਂ ਨਹੀਂ ਉਹਨਾਂ ਗੱਲ, ਬਸ ਮੈਨੂੰ ਕਈ ਚੀਜ਼ਾਂ ਮੇਰੇ ਮਨ ਮੇਰੀ ਜਾਨ ਮੇਰੀ ਅੰਤਰਾਤਮਾ ਨੂੰ ਚੰਗੀਆਂ ਨਹੀਂ ਲੱਗਦੀਆਂ ਅਤੇ ਮੈਂ ਕਦੇ ਨਹੀਂ ਕਰੂੰਗਾ ਉਹਦੇ ਨਾਲ, ਹੈ ਨਾ। ਅਤੇ ਠੀਕ ਹੈ, ਮੇਰੀ ਨੈਗੇਟਿਵਿਟੀ ਕਰੇ, ਆਪਾਂ ਕਹਿੰਦੇ ਵੀ ਸਾਰੇ ਤਰੱਕੀ ਕਰਨ ਜਾਣ, ਉਹ ਵੀ ਤਰੱਕੀ ਕਰੇ, ਆਪਾਂ ਕੋਈ ਰੌਲਾ ਨਹੀਂ, ਪਰ ਕਿੱਡ ਮੇਰੇ ਲਈ ਸਭ ਤੋਂ ਜ਼ਿਆਦਾ ਉਹਦੇ ਗਾਣੇ ਐਲਬਮ ਦੇ ਵਿੱਚ ਕਿਉਂ ਨੇ, ਕਿਉਂਕਿ ਮੇਰੇ ਨਾਲ ਉਹਦਾ ਮੈਂਟੈਲਿਟੀ ਲੈਵਲ ਮੈਚ ਹੁੰਦਾ, ਮੈਨੂੰ ਚੰਗਾ ਲੱਗਦਾ, ਹੈ ਨਾ। ਤੁਸੀਂ 4 ਮਹੀਨੇ ਉਹਨੂੰ ਪਹਿਲਾਂ ਮਾੜਾ ਬੋਲੇ ਵੀ ਕਿੱਡ ਆਏ ਆ, ਮੈਨੂੰ ਉਸ ਚੀਜ਼ 'ਚੋਂ ਦਿਖਦਾ ਜਾਣ, ਜਦੋਂ ਮੈਂ ਮਿਊਜ਼ਿਕ ਕਰਨ ਲੱਗਿਆ ਸੀਗਾ ਮੈਨੂੰ ਹਰੇਕ ਬੰਦੇ ਨੂੰ ਪਤਾ ਲੱਗ ਜਾਂਦਾ, ਹੈ ਨਾ। ਅਤੇ ਹੁਣ ਉਹ ਪ੍ਰੂਵ ਵੀ ਕਰ ਗਿਆ ਸਾਰਾ ਕੁਛ ਵੀ, ਹਾਂ ਬਈ ਹੁਣ ਅੱਗੇ ਵੀ ਗਾਣੇ ਆਉਣਗੇ, ਤੁਸੀਂ ਦੇਖੋਗੇ ਵੀ ਕੀ ਚੀਜ਼ ਆ ਉਹ, ਹੈ ਨਾ। ਸੋ ਮੇਰੇ ਲਈ ਮੇਰਾ ਭਰਾ, ਮੈਨੂੰ ਕਦੇ ਵੀ ਇਹ ਚੀਜ਼ ਨੂੰ, ਮੈਨੂੰ ਉਹ ਚੀਜ਼ ਬੁਰੀ ਲੱਗਦੀ ਹੈ ਜਦੋਂ ਤੁਸੀਂ ਮੈਨੂੰ ਇਹ ਚੀਜ਼ ਕਹਿੰਦੇ, ਮੈਨੂੰ ਵਧੀਆ ਨਹੀਂ ਲੱਗਦਾ। ਸੋ ਮੈਨੂੰ ਡਾਰਲਿੰਗ ਜੋ ਮੇਰੇ ਲਈ ਮਿਊਜ਼ਿਕ ਤੋਂ ਇਲਾਵਾ ਕੁਆਲਿਟੀ ਤੋਂ ਜ਼ਿਆਦਾ ਮੇਰੇ ਲਈ ਬੰਦੇ ਇੰਪੋਰਟੈਂਟ ਹੈ, ਜਿਹੜੇ ਮੇਰੇ ਨਾਲ ਮਾੜੇ ਚੰਗੇ ਬੰਦੇ ਜੋ ਵੀ ਜਿਵੇਂ ਵੀ ਨੇ, ਹੈ ਨਾ, ਮੈਨੂੰ ਉਹ ਚੀਜ਼ ਇੰਪੋਰਟੈਂਸ ਦਿੰਦੀ ਹੈ ਨਾ, ਮੇਰੇ ਲਈ ਮਿਊਜ਼ਿਕ ਐਵਰੀਥਿੰਗ ਐਲਸ ਉਹ ਮੇਰੇ ਲਈ ਬਾਅਦ 'ਚ ਹੈ। ਜੇ ਬੰਦਾ ਮੇਰਾ ਯਾਰ ਨੁਕਸਾਨ, ਕੋਈ ਮੇਰਾ ਬੰਦੇ ਨਾਲ ਮੇਰੇ ਨਾਲ ਲੋਇਲ ਨਹੀਂ, ਮੈਂ ਉਹਨਾਂ ਨਾਲ ਕਿੱਦਾਂ ਕੰਮ ਕਰ ਸਕਦਾ, ਹੈ ਨਾ। ਸੋ ਡਾਰਲਿੰਗ ਮੇਰੇ ਲਈ ਕਿੱਡ, ਮੈਨੂੰ ਮੇਰਾ ਸੁਪਰਬ ਆਰਟਿਸਟ ਹੈ, ਮੇਰੇ ਨਾਲ ਬੈਂਗਲਸ ਹੋਣੀ ਨੇ, ਬੈਂਗਲਸ ਵੱਡੇ ਭਰਾ ਵਾਂਗੂ ਆ ਮੇਰੇ ਨਾਲ, ਹੈ ਨਾ, ਅਤੇ ਉਹ ਘੈਂਟ ਬੰਦਾ, ਦਿਲ ਦਾ ਹੀਰਾ ਬੰਦਾ, ਦੈਟਸ ਵਾਈ ਆਈ ਐਮ ਵਰਕਿੰਗ ਵਿਦ ਹਿਮ, ਹੈ ਨਾ। ਉਹ UK ਦਾ ਪ੍ਰੋਡਿਊਸਰ ਬਾਅਦ 'ਚ ਹੋ ਸਕਦਾ, ਸਾਰਾ ਕੁਛ ਬਾਅਦ 'ਚ ਹੋ ਸਕਦਾ, ਪਰ ਉਹ ਚੰਗਾ ਇਨਸਾਨ ਹੈ ਸਭ ਤੋਂ ਪਹਿਲਾਂ, ਹੈ ਨਾ। ਉਹਦੀ ਫੈਮਿਲੀ ਬਹੁਤ ਵਧੀਆ, ਉਹਦੇ ਮੰਮਾ ਪਾਪਾ, ਹੈ ਨਾ, ਉਹਦੇ ਯਾਨੀ ਕਿ ਸੰਸਕਾਰ, ਸਾਰਾ ਕੁਛ, ਐਵਰੀਥਿੰਗ ਇਜ਼ ਵਧੀਆ। ਅਤੇ ਦੈਟਸ ਵਾਟ ਇਟ ਇਜ਼, ਮੈਨੂੰ ਜੋ ਚੀਜ਼ਾਂ ਮੈਟਰ ਕਰਦੀਆਂ ਨੇ, ਆਹ ਚੀਜ਼ਾਂ ਮੈਨੂੰ ਮੈਟਰ ਕਰਦੀਆਂ।